ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਆਪਣੀ ਕੌਮ ਨਾ ਛੁਪਾਓ ਕਿਉਂ ਜਦੋਂ ਅਕਾਲ ਪੁਰਖ ਜਨਮ ਦਿੰਦਾ ਉਹ ਰੂਹ ਘੱਲਦਾ ਕਿਸੇ ਨੇ ਤਰਖਾਣਾਂ ਦੇ ਘਰ, ਕਦੀ ਜੱਟਾਂ ਦੇ ਘਰ, ਕਦੀ ਖੱਤਰੀਆਂ ਦੇ, ਕਦੀ ਕਿਸੇ ਦੇ ਨਾ ਚੂੜੇ ਚ ਮਾਰ ਦੇ, ਉਹ ਰੂਹ ਘੱਲਦਾ ਹੈਗਾ। ਉਹਦੇ 'ਤੇ ਹੋਮੇ ਨਹੀਂ ਕਰੀਦੀ, ਹੋਮੇ ਉਸ ਚੀਜ਼ 'ਤੇ ਕਰੀਦੀ ਜਿਹੜੀ ਆਪ ਕਮਾਈ ਹੋਵੇ। ਜਿੱਦਾਂ ਕੁਸ਼ਤੀ ਕਰੋ ਤਾਂ ਸਰੀਰ ਕਮਾਇਆ ਜਾਂਦਾ, ਪਹਿਲਵਾਨ ਕਰ ਸਕਦੇ ਨੇ ਹੋਮੇ। ਤਦੇ ਸਤਿਗੁਰੂ ਅੰਗਦ ਦੇਵ ਜੀ ਪਹਿਲਵਾਨੀ ਕਰਾਉਂਦੇ ਸੀ ਤਾਂ ਕਿ ਉਹ ਵੀ ਹੋਮੇ ਨਾ ਕਰਨ, ਯਾਨੀ ਕਿ ਹੋਮੇ ਜਾਤੀ ਦੀ ਤਾਂ ਕਿਤੇ ਰਹੀ, ਪਹਿਲਵਾਨੀ ਦੀ ਵੀ ਨਾ ਹੁਕਮ ਹੋਮੇ ਕਰਨਾ। ਇਸ ਕਰਕੇ ਜਿਹੜਾ ਆਦਮੀ ਹੋਮੇ ਕਰਦਾ ਉਹਨੂੰ ਸੁਰਤੀ ਨਹੀਂ ਆਉਂਦੀ, ਉਹਨੂੰ ਅਕਾਲ ਪੁਰਖ ਦੀ ਸਮਝ ਨਹੀਂ ਪੈਂਦੀ। ਇਸ ਕਰਕੇ ਪਹਿਲਾਂ ਜਿਹੜਾ ਹੈਗਾ ਗੁਰ, ਉਹ ਤੁਸੀਂ ਹੋਮੇ ਨਹੀਂ ਕਰਨੀ। ਅਤੇ ਜੇ ਹੋਮੇ ਕਰ ਲਈ ਤਾਂ ਫਿਰ ਗਏ, ਫਿਰ ਮਰਨ ਜਨਮ ਮੱਚੀ ਰਹਿ ਗਏ। ਅਤੇ ਇਹ ਜਿਹੜਾ ਹੈਗੀ ਸਤਿਗੁਰੂ ਅਮਰਦੇਵ ਜੀ, ਇਹ ਹੈਗੇ ਨੇ ਦੁਬਧਾ ਦੇ ਭਰਨ ਵਾਲੇ। ਸਤਿਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਉਹਨਾਂ ਦੀ ਹੋਮੇ ਭਣ ਕੇ ਉਹਨਾਂ ਨੂੰ ਸਨਮੁੱਖ ਬਣਾਇਆ। ਇਸ ਕਰਕੇ ਇਹਨਾਂ ਨੂੰ ਸਿੱਖੀ ਦਾ ਧੁਰਾ ਵੀ ਕਹਿੰਦੇ ਨੇ, ਕਿਉਂ ਜਿੰਨਾ ਚਿਰ ਆਦਮੀ ਦੀ ਹੋਮੇ ਨਹੀਂ ਟੁੱਟਦੀ ਉਦੋਂ ਤਾਈਂ ਉਹ ਸਤਿਗੁਰੂ ਨਾਨਕ ਦੇਵ ਜੀ ਦੀ ਪੌੜੀ ਨਹੀਂ ਚੜ੍ਹ ਸਕਦਾ, ਸਿੱਖ ਨਹੀਂ ਬਣ ਸਕਦਾ ਉਹ। ਅਤੇ ਇਸ ਕਰਕੇ ਉਹਨਾਂ ਨੇ ਹੋਮੇ ਤੋੜੀ। ਇਹਦਾ ਮੈਂ ਚਾਰਟ ਬਣਾਇਆ ਹੈਗਾ, ਇਹਦੀ ਤੋਂ ਸਮਝ ਆ ਜਾਏਗੀ ਤੁਹਾਨੂੰ। ਇਹ ਹੈਗਾ ਆ ਗਏ, ਇੱਥੇ ਹੈਗੇ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਭੰਨੀ, ਉਹਨਾਂ ਨੂੰ ਸੁਰਤੀ ਆਈ। ਇੱਥੇ ਹੈਗਾ ਹੋਮੇ, ਜਿੱਥੇ ਵਾਟਰ ਹੈਗਾ ਇਕੱਲਾ ਪਾਣੀ, ਜਿਹਨੂੰ ਆਪਣੇ ਸਰੀਰ ਦੇ ਪਿਓ ਦਾ ਪਤਾ ਹੈਗਾ। ਇੱਥੇ ਵਾਟਰ ਪਲੱਸ ਸਪਿਰਿਟ, ਯਾਨੀ ਕਿ ਉਹਨੂੰ ਅਕਾਲ ਪੁਰਖ ਦਾ ਵੀ ਪਤਾ ਲੱਗਦਾ ਹੈਗਾ। ਜਦੋਂ ਸੁਰਤੀ ਆਈ ਹੈ ਉਹ ਸਨਮੁੱਖ ਹੁੰਦੇ ਨੇ। ਸਨਮੁੱਖ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਅੱਲੜ। ਇਹਦੇ 'ਚ ਆਵੇਗਾ ਨਾ, ਹੁਣ ਬਾਣੀ 'ਚ ਸਮਝਾਵਾਂਗਾ। ਇੱਥੇ ਦੇ ਜਿਹੜੇ ਸਿੱਖੀ ਸਨਮੁੱਖ, ਉਹਨਾਂ ਨੂੰ ਇਹ ਕਰ ਰਹੇ ਨੇ, ਸੰਦੇਸ਼ ਦੇ ਰਹੇ ਨੇ ਕਿ ਸੁਹਾਗਨ ਬਣੋ। ਆਹ ਹੈਗੇ ਗੁਰਮੁਖ, ਗੁਰਮੁਖ ਜਿਹੜੇ ਹੁੰਦੇ ਉਹ ਸੁਹਾਗਨ ਹੁੰਦੇ ਨੇ। ਜਿਹੜੇ ਸੁਹਾਗਨ ਹੋਵੇ ਉਹ ਫਿਰ ਪਿਰ ਨਾਲ ਰਲਦੇ ਨੇ। ਇੱਕ ਹੁੰਦੇ ਪਾਇਆ ਪ੍ਰਭ ਅਵਿਨਾਸ਼ੀ, ਸਤਿਗੁਰੂ ਅਰਜਨ ਦੇਵ ਜੀ ਨੇ, ਸਤਿਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦੇਵ ਜੀ, ਸਤਿਗੁਰੂ ਰਾਮਦਾਸ ਜੀ, ਇਹਨਾਂ ਨੇ ਮੂੰਹ ਭੰਨਿਆ। ਅਤੇ ਸਤਿਗੁਰੂ ਅਰਜਨ ਦੇਵ ਜੀ ਨੇ ਚਿੱਤ ਬਿਰਤੀ 'ਚ ਇੱਕ ਵਿੱਖ ਹੋ ਗਿਆ ਅਕਾਲ ਪੁਰਖ ਨਾਲ, ਅਤੇ ਇਹਨਾਂ ਨੇ ਫਿਰ ਸਾਧੂਆਂ ਦੀ ਸੰਗਤ 'ਤੇ ਜ਼ੋਰ ਪਾਇਆ। ਹੁਣ ਸਮਝ ਆ ਜਾਏਗੀ ਤੁਹਾਨੂੰ ਬਾਣੀ ਇਹੋ। ਜੇ ਲੋੜੇ ਵਰ ਬਾਲੜੀਏ, ਬਾਲੜੀ ਮੈਂ ਨਾ ਨਿਆਣੀ, ਸਨਮੁੱਖ ਜਿਹੜਾ ਸਿੱਖ ਹੁੰਦਾ ਉਹ ਨਿਆਣੇ, ਨਿਆਣੇ ਦੇ ਬਰਾਬਰ ਹੁੰਦਾ ਨਿਆਣੀ, ਨਿਆਣੀ ਇਸਤਰੀ, ਅੱਲੜ ਇਸਤਰੀ। ਜੇ ਲੋੜੇ ਵਰ ਬਾਲੜੀਏ, ਜੇ ਤੂੰ ਵੀ ਉਹਨੂੰ ਸਨਮੁੱਖਾਂ ਨੂੰ ਕਹਿੰਦੇ ਨੇ, ਜੇ ਤੁਸੀਂ
ਆਪਣਾ ਵਰ ਢੂੰਡਣਾ ਹੈਗਾ, ਪਰ ਆਪਣੇ ਅਕਾਲ ਪੁਰਖ ਪਤੀ ਨੂੰ ਲੱਭਣਾ ਹੈਗਾ ਨਾ, ਤਾਂ ਗੁਰ ਚਰਨੀ ਚਿਤ ਲਾਏ ਰਾਮ। ਗੁਰ ਹੈਗਾ ਢੰਗ, ਸਤਿਗੁਰ ਹੈਗਾ, ਸਤਿਗੁਰ ਦਾ ਮਤਲਬ ਹੁੰਦਾ ਸੱਤ, ਅਕਾਲ ਪੁਰਖ ਦਾ ਟਰੁੱਥ ਸੱਚ, ਗੁਰ 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 ਹੁੰਦਾ ਢੰਗ, ਜਿਹਨੂੰ ਸਤਿਗੁਰ ਦਾ ਢੰਗ ਆਵੇ ਨਾ ਉਹਨੂੰ ਕਹੀਦਾ ਸਤਿਗੁਰੂ। ਅਤੇ ਇਸ ਕਰਕੇ ਜਿਹੜਾ ਇਹਨੂੰ ਗੁਰ ਜਿਹੜਾ ਹੈਗਾ ਲੋਜੀਕਲ ਰੀਜਨਿੰਗ ਹੈਗਾ, ਲੋਜੀਕਲ ਰੀਜਨਿੰਗ ਦਾ ਜਿਹੜਾ ਤੱਤ ਮੋਲ ਹੈਗਾ ਉਹ ਹੈਗਾ ਲੋਗੋ, ਲੋਗੋ ਹੈਗਾ ਨਾਮ ਅਕਾਲ ਪੁਰਖ ਦਾ। ਇਸ ਕਰਕੇ ਨਾ ਜੇ ਤੁਸੀਂ ਖੋਪੇ ਚਾੜ ਕੇ ਅਤੇ ਕਿਹਾ ਵੀ ਸਿੱਖ ਹਮ ਸਿੱਖ ਹੈ ਸਿੱਖ ਹੈ, ਸਿੱਖਿਆ ਕੀ ਹੈਗਾ? ਕੁਛ ਵੀ ਨਹੀਂ। ਇਹ ਚੀਜ਼ਾਂ ਬਾਈਬਲ ਵਗੈਰਾ ਪੜ੍ਹੋਗੇ ਤਾਂ ਉਹਦੇ 'ਚ ਤੁਹਾਨੂੰ ਜਿਹੜਾ ਇਹਨਾਂ ਦੇ ਮੁੱਢਲੇ ਹੈ ਨਾ ਉਹ ਸਮਝ ਆ ਜਾਣਗੇ, ਅਤੇ ਤੁਸੀਂ ਆਸਾਨੀ ਨਾਲ ਉਹਨਾਂ ਦੇ ਜਿਹੜੇ ਨਾ ਪੈਰਾਬਲ ਉਹਨਾਂ ਦੀ ਵਿਆਖਿਆ ਕਰਕੇ ਉਹਨਾਂ ਨੂੰ ਦੱਸ ਸਕਦੇ ਹੈਗੇ। ਤਦ ਤਾਂ ਉਹ ਕਹਿਣਗੇ ਨਾ ਕੋਈ ਸਿੱਖਿਆ ਹੈਗਾ, ਇਹਨਾਂ ਇੱਕ ਸਿੱਖ ਹੈਗੇ ਨਾਨਕ ਦੇ, ਦਾੜੀ ਅਤੇ ਕੇਸਾਂ ਨਾਲ ਜਿਹੜਾ ਕਹੇ ਨਾ ਮੈਂ ਸਿੱਖ ਸਿੱਖ ਹੈਗਾ ਤਾਂ ਸਿੱਖਿਆ ਕੁਛ ਨਾ ਹੋਵੇ। ਨਾਨਕ ਤੇ ਨਰ ਅਸਰ ਖਰ ਜੇ ਬਿਨ ਗੁਣ ਗ੍ਰਭ ਗ੍ਰੰਥ, ਗੁਣ ਤਾਂ ਹੈ ਨੀਗਾ ਸਿੱਖੀ ਵਾਲਾ, ਐਵੇਂ ਫੁੰਡੇ ਫਿਰਨਾ ਮੈਂ ਸਿੱਖ ਹੈਗਾ, ਉਹ ਹੁੰਦੇ ਅਸਲ ਗਧੇ। ਅਤੇ ਇਸ ਕਰਕੇ ਅਸਲ ਗਧੇ ਬਹੁਤ ਹੈਗੇ, ਸਿੱਖ ਸਿੱਖੀ ਜਿਹੜੀ ਹੁੰਦੀ ਕੋਟਰ ਮੇਂ ਏਕ ਹੁੰਦਾ ਸਿੱਖ। ਜੇ ਲੋੜੇ ਵਾਰ ਬਾਲੜੀ, ਜੇ ਤੂੰ ਸਨਮੁਖ ਆਦਮੀ, ਜੇ ਤੂੰ ਪਤੀ ਨੂੰ ਮਿਲਣਾ ਹੈਗਾ ਅਕਾਲ ਪੁਰਖ ਨੂੰ, ਤਾਂ ਗੁਰਚਰਨੀ ਚਿੱਤ ਲਾਏ ਰਾਮ, ਤਾਂ ਤੂੰ ਲੋਜੀਕਲ ਰੀਜਨਿੰਗ ਨਾਲ ਚਿੱਤ ਲਾ, ਉਹਦੇ ਨਾਲ ਸਮਝ ਨਾਮ। ਸਦਾ ਹੋਵੇ ਸੁਹਾਗਨੀ ਹਰ ਜੀਉ, ਮਰੇ ਨਾ ਜਾਏ ਰਾਮ। ਉਹ ਜਿਹੜੀ ਹੁੰਦਾ ਜਿਹੜਾ ਚਿੱਤ ਲਾਉਂਦਾ ਲੋਜੀਕਲ ਰੀਜਨਿੰਗ ਨਾਲ, ਸਤਿਗੁਰੂ ਆਪਣੇ ਸਤਿਗੁਰੂ ਦੇ ਭਾਣੇ 'ਚ ਆਉਂਦਾ। ਸਤਿਗੁਰੂ ਅੰਦਰ ਬੈਠਾ ਹੈਗਾ, ਬਾਹਰ ਨਹੀਂ ਹੈਗਾ। ਇਹ ਹੈਗਾ ਹਰਿਮੰਦਰ, ਜਿਹੜਾ ਹਰਿਮੰਦਰ ਦਾ ਪੁਜਾਰੀ ਹੈਗਾ ਉਹ ਸਤਿਗੁਰੂ ਹੈਗਾ। ਸਤਿਗੁਰੂ ਹੁੰਦਾ ਗੁਰਮੁਖ ਆਦਮੀ, ਗੁਰਮੁਖ ਹੁੰਦਾ ਗੁਰ ਅਤੇ ਮੁਖ, ਗੁਰ ਹੁੰਦਾ ਢੰਗ, ਮੁਖ ਮੂੰਹ, ਜਿਹੜਾ ਮੂੰਹ ਤੋਂ ਬੋਲੇ ਢੰਗ ਨਾਲ ਬੋਲੇ, ਐਵੇਂ ਨਾ ਆਲ ਪਤਾਲ ਬੋਲੀ ਜਾਵੇ ਜੋ ਮੂੰਹ 'ਚ ਆਇਆ। ਜਿੱਦਾਂ ਆ ਜਾਂਦੇ ਨਾ ਗੁਰਦੁਆਰੇ 'ਚ ਸਿੱਖ ਕੌਮ ਕਹਿ ਜਾਂਦੇ ਨੇ, ਸਿੱਖ ਉਹਨਾਂ ਨੂੰ ਪੁੱਛੇ ਵੀ ਸਿੱਖ ਦਾ ਪੰਥ ਹੈਗਾ, ਸਿੱਖ ਤਾਂ ਹੈਗਾ ਨਾਦੀ ਰੂਪ, ਬੋਲਿਆਂ ਤੋਂ ਪਤਾ ਲੱਗਦਾ ਵੀ ਸਿੱਖ ਹੈ, ਇਹ ਬਿੰਦੀ ਰੂਪ ਨਹੀਂ ਹੈਗਾ, ਕੌਮ ਕੌਮ ਬਿੰਦੀ ਰੂਪ ਹੁੰਦੀ ਹੈਗੀ। ਉਹ ਜਿਹੜੇ ਆਲ ਪਤਾਲ ਬੋਲਦੇ ਨਾ ਉਹ ਨਹੀਂ, ਉਹਨਾਂ ਪਾਸ ਗੁਰ ਨਹੀਂ ਹੈਗਾ, ਸਤਿਗੁਰੂ ਦੇ ਭਾਣੇ ਨਹੀਂ ਚੱਲਦੇ, ਉਹ ਆਪਣੀ ਚਤਰਾਈ ਚਲਾਉਂਦੇ ਨੇ ਅਤੇ ਆਪਣੀਆਂ ਤਰੀਫਾਂ ਚਾਹੁੰਦੇ ਨੇ, ਠੀਕ ਹੈ। ਅਤੇ ਜਦੋਂ ਆਦਮੀ ਮਰਦੇ ਨੇ, ਜਿੱਦਾਂ ਉੱਥੇ ਮਰੇ ਅਮੈਰੀਕਾ 'ਚ ਮਰੇ, 1984 'ਚ ਮਰੇ ਨੇ, 1947 'ਚ ਮਰੇ ਨੇ, ਫਿਰ ਆਇਆ ਇਹ ਕਰਦੇ ਨੇ, ਜੇ ਕੋਈ ਸਿੱਖਿਆ ਹੋਏਗਾ ਤਾਂ ਮਰਦੇ ਨਹੀਂ। ਅਸੀਂ ਵੀ ਆਏ ਨਾ ਉੱਧਰ ਪਾਕਿਸਤਾਨ 'ਚੋਂ, 2000 ਹਮਲਾ ਕਰਨ ਆਏ ਸੀ ਅਰਾਈ, ਜਦੋਂ ਉਹਨੂੰ ਦੱਸਿਆ ਸੀ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ, ਕੋਈ ਦੁਸ਼ਮਣੀ ਕੱਢ ਲਓ। ਉਹ ਆਏ ਸੀ ਦੁਸ਼ਮਣ ਬਣ ਕੇ, ਇੱਕ ਨੰਬਰ ਦੇ ਦੋਸਤ ਬਣ ਕੇ ਮੁੜ ਕੇ ਗਏ, ਅਤੇ ਉਹਨਾਂ ਦੇ ਹੈੱਡ ਜਿਹੜਾ ਸੀ ਜ਼ੈਲਦਾਰ, ਉਹਨਾਂ 2000 ਨੂੰ ਕਹਿੰਦਾ ਇਹ ਸਾਡੇ ਹੈਗੇ ਮਹਿਮਾਨ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਇਹ ਹੈਗਾ ਸੱਤ ਦਾ ਸੱਤ ਦਾ ਹੈਗਾ ਇਹ ਪ੍ਰਕਾਸ਼। ਸੱਤ ਨੂੰ ਜਿਹੜਾ ਕੌੜਾ ਹੈਗਾ ਇਹਨੂੰ ਕੋਈ ਵੀ ਨਹੀਂ ਚਾਹੁੰਦਾ,
ਸਦਾ ਹੋਵੇ ਸੁਹਾਗਣੀ, ਉਹ ਸਦਾ ਹੀ ਸੁਹਾਗਣੀ ਰਹਿੰਦੀ ਜਿਹੜਾ ਆਪਣੇ ਸਤਿਗੁਰੂ ਦੇ ਭਾਣੇ ਚੱਲੇ, ਆਪਣੇ ਸਤਿਗੁਰੂ ਦੇ ਭਾਣੇ, ਐਵੇਂ ਨਾ ਬੋਲੀ ਜਾਵੇ ਅਲਪਤਾਲ। ਸਦਾ ਹੋਵੇ ਸੁਹਾਗਣੀ ਹਰ ਜਿਉ, ਮਰੇ ਨਾ ਜਾਏ ਰਾਮ। ਹਰ ਜਿਉ ਜਿਹੜਾ ਹੈਗਾ ਨਾ, ਹਰ ਦਾ ਜਿਹੜਾ ਜੀ ਹੈਗਾ, ਹਰ ਦਾ ਜਿਹੜਾ ਸਨ ਆਫ ਦੀ ਮੋਸਟ ਹਾਈ, ਹਰ ਜਿਉ ਉਹਨੂੰ ਕਹਿੰਦੇ ਨੇ, ਸਨ ਆਫ ਦੀ ਮੋਸਟ ਹਾਈ, ਮਰੇ ਨਾ ਜਾਏ ਰਾਮ। ਉਹ ਨਾ ਮਰਦਾ ਹੈਗਾ ਨਾ ਉਹ ਭਸਮ ਹੁੰਦਾ ਹੈਗਾ, ਯਾਨੀ ਕਿ ਉਹ ਰੀਜਰੈਕਟ ਹੋ ਜਾਂਦਾ। ਰੀਜਰੈਕਟ ਹੈਗਾ ਨਾ, ਰੀਜਰੈਕਸ਼ਨ, ਰੀਇਨਕਾਰਨੇਸ਼ਨ ਹੁੰਦਾ ਕਿ ਇੱਕ ਜਨਮ ਲਿਆ ਅਤੇ ਦੂਜਾ ਪਤਾ ਨਹੀਂ ਕਿਹੜਾ ਮਿਲਣਾ ਜਨਮ। ਰੀਜਰੈਕਸ਼ਨ ਹੁੰਦਾ ਹੈਗਾ, ਫਿਰ ਉਹ ਜਨਮ ਵਿੱਚ ਨਹੀਂ ਆਉਂਦਾ ਆਦਮੀ, ਮੁਕਤੀ ਹੋ ਜਾਂਦੀ ਉਹਦੀ। ਇਹ ਹੈਗਾ ਜਿਉਂ ਮਰੇ ਨਾ ਜਾਏ ਰਾਮ, ਉਹ ਮਰਦਾ ਨਹੀਂ ਹੈਗਾ ਅਤੇ ਨਾ ਹੀ ਉਹ ਜਾਂਦਾ ਹੈਗਾ, ਉੱਦਾਂ ਦੇ ਉੱਦਾਂ ਹੀ ਰਹਿੰਦਾ ਉਹ। ਜਿਹੜਾ ਜੀਸਸ ਨੇ ਲਾਜ਼ਰਸ ਨੂੰ, 4 ਦਿਨ ਹੋ ਗਏ ਸੀ ਉਹਨੇ ਮਰੇ ਨੂੰ, ਉਹਨੂੰ ਫਿਰ ਰੀਜਰੈਕਟ ਕੀਤਾ ਸੀ, ਉਹਨੂੰ ਫਿਰ ਲਿਆਂਦਾ ਸੀਗਾ ਦੁਨੀਆਂ 'ਚ ਲੋਕਾਂ ਨੂੰ ਦੱਸਣ ਲਈ ਵੀ ਆਹ ਹੁੰਦਾ ਜੇ ਤੁਸੀਂ ਰਾਮ ਦੇ ਪੂਜਾ ਕਰੋ। ਪਹਿਲਾ ਸਤਿਗੁਰੂ ਦੁਨੀਆਂ 'ਚ ਜੀਸਸ ਆਇਆ, ਦੂਜਾ ਹੈਗਾ ਸਤਿਗੁਰੂ ਨਾਨਕ ਦੇਵ ਜੀ, ਸੈਕਿੰਡ ਕਮਿੰਗ ਆਫ ਜੀਸਸ ਨਾਨਕ ਹੈਗਾ। ਅਤੇ ਜੇ ਤੁਸੀਂ ਇਹ ਵੀ ਨਹੀਂ ਪਤਾ, ਫਿਰ ਲੋਕਾਂ ਨੂੰ ਕੀ ਪਤਾ ਲੱਗੇਗਾ। ਅਤੇ ਮੈਂ ਉੱਥੇ ਜਾਣਾ ਆਕਸਫੋਰਡ, ਨਾ ਉਹਨਾਂ ਜਾ ਕੇ ਦੱਸਦਾ ਵੀ ਸੈਕਿੰਡ ਕਮਿੰਗ ਤਾਂ ਆ ਗਿਆ ਹੈਗਾ, 1469 ਜੇ ਤੁਸੀਂ ਇੱਥੇ ਵੀ ਭਾਲਦੇ ਹੋ ਉਹਨੂੰ, ਉਹ ਹੈਰਾਨ ਹੁੰਦੇ ਉੱਦਾਂ। ਪਰ ਉਹਨਾਂ ਦੇ ਇੱਥੇ ਉਹ ਜਿੰਨਾ ਚਿਰ ਅਕਾਲ ਪੁਰਖ ਨਾ ਦੇਵੇ ਉਹਨਾਂ ਚਿਰ ਇਹ ਨਾਮ ਨਹੀਂ ਮਿਲਦਾ ਕਿਸੇ ਨੂੰ, ਵੀ ਹਾਂ ਦੀ ਕੋਲ ਹੀ ਪਿਆ, ਸਭ ਕੁਛ ਮੂਹਰੇ ਪਿਆ ਹੈਗਾ, ਪਰ ਉਹਨਾਂ ਸਮਝ ਹੀ ਨਹੀਂ ਪੈਂਦੀ, ਜਿੰਨੀ ਮਰਜ਼ੀ ਜ਼ੋਰ ਲਾ ਲੈ ਜਿੰਨਾ ਚਿਰ ਆਰਾਮ ਨਾ ਦੇਵੇ। ਹਰ ਜਿਉ ਮਰੇ ਨਾ ਜਾਏ, ਗੁਰ ਕੇ ਸਹਿਜ ਸੁਭਾਏ, ਸਾਧਨ ਕੰਤ ਪਿਆਰੀ। ਉਹ ਜਿਹੜਾ ਹੁੰਦਾ ਹੈਗਾ ਆਦਮੀ ਹਰ ਜਿਉ, ਜਿਹੜਾ ਸਨ ਆਫ ਦੀ ਮੋਸਟ ਹਾਈ, ਉਹ ਨਾ ਮਰੇ ਨਾ ਕਹਤਾ ਅਤੇ ਨਾ ਹੀ ਜਾਂਦਾ ਹੈਗਾ, ਰੀਜਰੈਕਟ ਹੋ ਜਾਂਦਾ। ਗੁਰ ਕੇ ਸਹਿਜੇ ਸੁਭਾਏ, ਗੁਰ ਹੈਗਾ ਢੰਗ, ਲੋਜੀਕਲ ਰੀਜਨਿੰਗ ਦੇ ਹਿਸਾਬ ਨਾਲ ਉਹ ਸਹਿਜੇ ਹੀ, ਸਹਿਜ ਸੁਭਾਈ, ਜਿੱਦਾਂ ਕਹਿੰਦੇ ਸਹਿਜ ਸੁਭਾਅ ਆਪਣੇ ਵੀ ਉਹ ਕਰੀਦਾ ਨਾ, ਨਾ ਚਤਰਾਈ ਨਹੀਂ ਨਾ ਕਰੀਦੀ, ਜੋ ਸਹਿਜ ਸੁਭਾਅ ਹੁੰਦਾ ਉਹ ਫਿਰ ਸਾਧਨ ਕੰਤ ਪਿਆਰੀ, ਉਹ ਆਦਮੀ ਜਿਹੜਾ ਹੁੰਦਾ ਗੁਰਮੁਖ, ਉਹ ਕੰਤ ਨੂੰ ਉਹ ਪਿਆਰਾ ਲੱਗਦਾ ਹੈਗਾ, ਉਹ ਸੁਹਾਗਣ ਕੰਤ ਨੂੰ ਪਿਆਰੀ ਲੱਗਦੀ ਹੈਗੀ, ਉਹ ਸੁਹਾਗਣ ਕੰਤ ਉਹਨੂੰ ਉਹਦੇ ਨਾਲ ਪਿਆਰ ਕਰਦਾ, ਜਾਂ ਉਹ ਪਿਆਰੀ ਕੰਤ ਦੀ ਹੁੰਦੀ ਹੈਗੀ। ਸੱਚ ਸੰਜਮ ਸਦਾ ਹੈ ਨਿਰਮਲ, ਸੱਚ ਸੰਜਮ, ਸੰਜਮ ਹੁੰਦਾ ਸੰਕੋਚ, ਆਪਣੇ ਧਿਆਨ ਨਾਲ, ਐਵੇਂ ਨਹੀਂ ਬਈ ਐਵੇਂ ਨਹੀਂ ਬਕਵਾਸ ਕਰੀ ਜਾਈਦੀ, ਸੰਜਮ ਨਾਲ ਬੋਲੀਦਾ ਹੈਗਾ, ਸੰਕੋਚ ਨਾਲ। ਜਿਹੜਾ ਹੁੰਦਾ ਨਾ ਚਤਰ ਚਲਾਕ ਮਨ ਦਾ ਚੇਲਾ, ਉਹ ਲੈ ਚੁੱਪਿਆਂ ਚੁੱਪਣਾ ਹੋਈ ਜੇ ਲਹਿਰ ਹਾਂ ਲਿਫਤਾਰ, ਉਹ ਇੱਦਾਂ ਬੋਲਦਾ ਲਿਫਤਾਰ ਲਾ ਕੇ, ਜਿਹੜੀ ਹੈ ਨਾ ਬਾਣੀ ਦੀ ਪਹਿਲੇ ਹੈਗੇ ਨਾ ਜਪਜੀ ਸਾਹਿਬ ਦੀ ਤੁੱਕ, ਇਹਦੇ 'ਚ ਹੈਗਾ ਸੋਚਿਆਂ ਸੋਚਣਾ ਹੋਈ, ਉਹ ਹੈਗਾ ਬੇਮੁੱਖਣ ਲਈ,
ਸੋਚਿਆ ਸੋਚ ਨਾ ਹੋਈ ਜੇ ਸੋਚੀ ਲਖਵਾਰ, ਚੁੱਪੀਆਂ ਚੁੱਪ ਨਾ ਹੋਈ ਜੇ ਲਾਏ ਰਹਾਂ ਲਖਤਾਰੇ। ਮਨ ਮੁੱਖ ਲਈ ਹੈਗਾ, ਉਹ ਚਤਰ ਚਲਾਕ ਹੁੰਦਾ, ਉਹ ਲਿਬ ਲਾਈ ਰੱਖਦਾ ਹੈਗਾ, ਉਹ ਸੰਜਮ ਨਾਲ ਨਹੀਂ ਤੁਰਦਾ, ਉਹ ਉੱਦਾਂ ਹੀ ਜਿੱਦਾਂ ਉਹਨੂੰ ਆਉਂਦਾ ਮੂੰਹ ਖੁੱਲ ਹੀ ਜਾਂਦਾ ਬਸ, ਉਹ ਜਿੰਨਾ ਕਹਿੰਦੇ ਬੋਲਦਾ ਹੈ। ਜੇ ਕੋਈ ਤੁਸੀਂ ਉਹਦੇ ਨਾਲ ਗੱਲ ਕਰੋ, ਉਹ ਮੂਹਰਿਓਂ ਇੱਦਾਂ ਪਵੇਗਾ, ਬੋਲੀ ਜਾਊਗਾ, ਬੋਲੀ ਤੁਹਾਨੂੰ ਬੋਲਣ ਦੀ ਉਹ ਦਿੰਦਾ ਹੀ ਨਹੀਂ ਇਜਾਜ਼ਤ, ਤੁਹਾਨੂੰ ਚੁੱਪ ਕਰਾ ਦਿੰਦਾ। ਬਾਕੀ ਜਿਹੜਾ ਹੁੰਦਾ ਬੁੱਧੂ, ਉਹ ਦੇਖਦਾ ਦੇਖਿਆ ਉਹਨੇ ਚੁੱਪ ਕਰਾ ਤਾ ਉਹਨੂੰ, ਅਤੇ ਇਹ ਹੁੰਦਾ ਉਹ ਉਹਦੇ ਕੋਲ ਸਹਿਜ ਨਹੀਂ ਹੁੰਦਾ। ਜਿਹੜਾ ਸਹਿਜ ਹੁੰਦਾ ਗੁਰਮੁਖਾਂ ਕੋਲ ਹੁੰਦਾ, ਉਹ ਸੰਜਮ ਨਾਲ ਬੋਲਦੇ ਨੇ, ਉਹ ਐਵੇਂ ਨਹੀਂ ਬੱਕੀ ਜਾਂਦੇ। ਸੱਚ ਸੰਜਮ ਸਦਾ ਹੈ ਨਿਰਮੁਲ, ਜਿਹੜਾ ਸੱਚ ਹੈਗਾ ਅਤੇ ਜਿਹੜਾ ਸੰਜਮ ਨਾਲ ਚੱਲਦਾ ਹੈਗਾ, ਜਿਹੜਾ ਗੁਰਮੁਖ ਹੈਗਾ ਸਦਾ ਹੈ ਨਿਰਮੁਲ, ਉਹ ਨਿਰਮਲ ਬੋਲਦਾ ਹੈਗਾ, ਉਹ ਮੈਲਾ ਨਹੀਂ ਬੋਲਦਾ ਹੈਗਾ, ਨਿਰਮਲ ਸਾਫ। ਗੁਰ ਕੇ ਸ਼ਬਦ ਸਿਗਾਰੀ, ਗੁਰ ਕੇ ਹੈਗਾ ਜਿਹੜਾ ਹੈਗਾ ਗੁਰ ਹੈਗਾ ਢੰਗ, ਇਹ ਹੈਗਾ ਸਤਿਗੁਰ ਕੇ ਸ਼ਬਦ ਸਿਗਾਰੀ, ਜਿਹੜਾ ਅੰਦਰ ਵਸਦਾ ਤੁਹਾਡੇ ਉਹ ਸਤਿਗੁਰੂ ਹੈ। ਸਤਿਗੁਰੂ ਨੂੰ ਕ੍ਰਾਈਸਟ ਕਹੀਦਾ, ਕ੍ਰਾਈਸਟ ਨੂੰ ਕਹੀਦਾ ਇਨਰ ਮੈਨ, ਨੋ ਕ੍ਰਾਈਸਟ ਇਨ ਯੋਰ ਹਾਰਟ ਨੋ ਗੋਸਪਲ। ਇਹ ਜਿਹੜਾ ਕ੍ਰਾਈਸਟ ਜਿਹੜਾ ਚੱਲਦਾ ਲੌਜੀਕਲ ਰੀਜਨਿੰਗ ਨਾਲ ਚੱਲਦਾ, ਗੁਰ ਦੇ ਹਿਸਾਬ ਨਾਲ, ਐਵੇਂ ਨਹੀਂ ਉਹ ਕਰੀ ਜਾਂਦਾ। ਅਤੇ ਇਸ ਕਰਕੇ ਗੁਰ ਕੇ ਸ਼ਬਦ ਲੌਜੀਕਲ ਰੀਜਨਿੰਗ ਨੂੰ ਕਹੀਦਾ ਲੋਗੋ, ਇਹਦਾ ਤਤਮੋ ਲੋਗੋ ਹੈਗਾ, ਲੋਗੋ ਕੀ ਹੈਗਾ ਸ਼ਬਦ ਹੈਗਾ, ਨਾਮ ਹੈਗਾ। ਗੁਰ ਕੇ ਸ਼ਬਦ ਸ਼ਿਗਾਰੀ, ਉਹਦੇ ਨਾਲ ਉਹ ਸ਼ਿਗਾਰ ਉਹਦਾ ਬਣ ਜਾਂਦਾ ਹੈਗਾ, ਹਾਰ ਬਣ ਜਾਂਦਾ ਹੈਗਾ ਉਹਦਾ ਗੁਰਮੁਖ ਦਾ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਮੇਰਾ ਜਿਹੜਾ ਹੈਗਾ ਪ੍ਰਭੂ ਹੈਗਾ ਉਹ ਸੱਚਾ ਹੈਗਾ, ਤਾਂ ਉਹ ਹਮੇਸ਼ਾ ਹੀ ਸੱਚਾ ਹੈਗਾ, ਐਵਰ ਐਵਰ ਟਰੁੱਥਫੁਲ, ਐਵਰ ਐਗਜ਼ਿਸਟਿੰਗ। ਜਿਨ ਆਪੇ ਆਪ ਉਪਾਇਆ, ਜਿਨ ਆਪੇ ਆਪ ਉਪਾਇਆ, ਮੈਂ ਨਹੀਂ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੈਗਾ, ਆਪੇ ਹੀ ਆਪਣੇ ਆਪ ਹੀ ਉਹ ਹੈਗਾ, ਆਪੇ 'ਚ ਹੀ ਹੈਗਾ ਉਹ, ਯਾਨੀ ਕਿ ਅਟਰਨਲ ਹੈਗਾ, ਸ਼ੁਰੂ ਤੋਂ ਹੈਗਾ, ਯਾਨੀ ਕਿ ਪਹਿਲਾਂ ਜਿਹੜਾ ਦੁਨੀਆਂ ਬਣਨ ਤੋਂ ਪਹਿਲਾਂ ਉਹ ਆਪ ਸੀਗਾ, ਆਪੇ ਉਪਾਇਆ। ਨਾਨਕ ਸਦਾ ਪਿਰ ਰਵੇ, ਨਾਨਕ ਕਹਿੰਦੇ ਨੇ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਸਦਾ ਪਿਰ ਰਵੇ ਆਪਣਾ ਜਿਨ ਗੁਰਚਰਨੀ ਚਿੱਤ ਲਾਇਆ, ਜਿਹਨੇ ਆਪਣਾ ਰਵੇ ਆਪਣਾ ਜਿਨ ਗੁਰ, ਆਪਣਾ ਜਿਹੜਾ ਨਾ ਗੁਰ ਹੈਗਾ ਸਤਿਗੁਰ ਜਿਹੜਾ ਅੰਦਰ ਹੈਗਾ, ਚਰਨੀ ਚਿੱਤ ਲਾਇਆ ਉਹਦੇ ਚਰਨਾਂ 'ਚ, ਜਿਹੜਾ ਅੰਦਰ ਸਤਿਗੁਰੂ ਹੈਗਾ ਉਹਦੇ ਚਰਨਾਂ 'ਚ ਚਿੱਤ ਲਾਇਆ, ਯਾਨੀ ਕਿ ਜੋ ਉਹ ਕਹਿੰਦਾ ਉਹ ਕਰਨਾ ਹੈਗਾ। ਲੋਕਾਂ ਦੇ ਨਹੀਂ ਆਖੇ ਲੱਗਣਾ ਵੀ ਉਹ ਕਹਿੰਦਾ ਕੀ ਕਰਦਾ ਉਹ ਕੀ ਕਹਿੰਦਾ, ਜੇ ਤੁਸੀਂ ਲੋਕਾਂ ਦੇ ਆਖੇ ਲੱਗੇ, ਜਿੱਦਾਂ ਲੋਕ ਆਉਂਦੇ ਗਏ ਨਾ, ਉਹ ਰਾਧਾ ਸਵਾਮੀ ਦੇ ਚੇਲੇ ਬਣੇ ਹੋਏ ਨੇ, ਉਹ ਡੇਰੇ ਵਾਲੇ ਦੇ ਬਣੇ ਹੋਏ ਨੇ, ਉਹ ਜੋ ਹੁੰਦਾ ਰਾਧਾ ਸਵਾਮੀ, ਜਿੱਦਾਂ ਪੋਪ ਦੇ ਆਉਂਦੇ ਨਾ ਸੰਦੇਸ਼ੇ, ਇੱਦਾਂ ਹੀ ਇਹ ਕਰਦੇ ਨੇ ਰਾਧਾ ਸਵਾਮੀ ਹੋਏ। ਉਹ ਸਤਿਗੁਰੂ ਦੇ ਭਾਣੇ ਨਹੀਂ ਚੱਲਦੇ, ਉਹ ਰਾਧਾ ਸਵਾਮੀ ਦੇ ਭਾਣੇ ਚੱਲਦੇ ਨੇ, ਉਹ ਹੁੰਦੀਆਂ ਨੇ ਕਮਜਾਤਾਂ। ਇਸ ਕਰਕੇ ਇਸ ਵਿੱਚ ਸਤਿਗੁਰੂ ਜਿਹੜੀ ਬਾਣੀ ਹੈਗੀ ਹੈ ਤੁਹਾਨੂੰ ਨਿਆਰਾ ਬਣਾਉਂਦੀ ਹੈਗੀ, ਨਿਆਰਾ ਸੋਲੀਟਰੀ, ਉਹ ਫਿਰ ਸੋਲੀਟਰੀ ਥੋੜ੍ਹੇ ਹੋਏ, ਉਹ ਸੁਹਾਗਣਾ ਥੋੜ੍ਹੀਆਂ ਹੋਈਆਂ, ਉਹ ਤਾਂ ਕਮਜਾਤਾਂ ਹੋਈਆਂ। ਉਹ ਜਿੱਥੇ ਉਹਨਾਂ ਦਾ ਜਾਏਗਾ ਨਾ ਕੰਜਰ ਰਾਧਾ ਸਵਾਮੀ, ਉਹਦੇ ਮਗਰ ਹੀ ਇਹ ਕਮਜਾਤਾਂ ਜਾਣਗੀਆਂ।
ਤੇ ਜਿਹੜੇ ਹੁੰਦੇ ਆਪਣੇ ਗੁਰ ਦੇ ਹਿਸਾਬ ਨਾਲ ਸਤਿਗੁਰ ਦੇ ਚਰਨੀ ਚੱਲਦੇ ਨੇ ਉਹ ਹੁੰਦੇ ਸੁਹਾਗਣਾ, ਉਹ ਕਿਸੇ ਦੇ ਨਹੀਂ ਆਖੇ ਲੱਗਦੇ, ਉਹ ਨਿਆਰੀਆ ਹੁੰਦਾ, ਨਿਆਰਾ ਹੁੰਦਾ ਉਹ, ਤਾਂ ਉਹੀ ਕਰੇਗਾ ਜਿਹੜਾ ਉਹਨੂੰ ਜਿਹੜੇ ਉਹਦੇ ਗੁਰ ਦੇ ਮੁਤਾਬਿਕ ਚੱਲਦਾ ਹੈਗਾ, ਢੰਗ ਦੇ ਲੋਜੀਕਲ ਰੀਜਨਿੰਗ ਦੇ ਮੁਤਾਬਿਕ ਹੈਗਾ, ਉਹ ਆਊਟ ਆਫ ਰੀਜਨਿੰਗ ਨਹੀਂ ਜਾਏਗਾ, ਲੋਜੀਕਲ ਰੀਜਨਿੰਗ ਹੋਏਗਾ ਉਹਦਾ ਹਮੇਸ਼ਾ। ਇਹ ਹੈਗੀ ਇਹਦੀ ਵਿਆਖਿਆ। ਬਾਕੀ ਮੈਂ ਉਹ ਵੀ ਜਿਹੜੀ ਹੈਗੀ ਨਾ ਪ੍ਰੋਫੈਸਰ ਦਾ ਉਹ ਵੀ ਪਾ ਦਿੰਦਾ ਵਿੱਚ, ਤਾਂ ਕਿ ਜਿਹੜੇ ਕੋਈ ਲਫ਼ਜ਼ ਵਗੈਰਾ ਜਾਂ ਆਪੇ ਕੰਪੇਅਰ ਕਰ ਲਿਆ ਜੇ ਵੀ ਕਿੱਦਾਂ ਦੀ ਉਹ ਕਰਦੇ ਨੇ ਵਿਆਖਿਆ, ਤਾਂ ਕੀ ਕਿੱਦਾਂ ਦੀ ਮੇਰੀ ਹੈਗੀ, ਉਹਨਾਂ ਦੀ ਹੈਗੀ ਕਿਤਾਬੀ, ਜੋ ਇੱਕ ਨੇ ਲਿਖਿਆ ਦੂਜੇ ਨੇ ਲਿਖਿਆ ਉਹ ਉੱਦਾਂ ਹੀ ਉਚਾਰ ਦਿੰਦੇ ਨੇ।